ਕਹਿਣਾ ਚਾਹੁੰਦੇ ਕਿਹੜਾ ਬੱਚਾ ਤੁਹਾਡਾ ਗਿਆ ਸੌਮਿਆ ਸੀ ਜਾਂ 5th ਈਅਰ ਦੀ ਸਟੂਡੈਂਟ ਹੈ ਖਾਰਕਿਵ ਚ ਮਤਲਬ ਇਸ ਟਾਈਮ ਉਹ ਫਸੇ ਹੋਏ ਆਪਣੇ ਫਲੈਟ ਦੇ ਕੋਲ ਬੰਕਰ ਜੀ ਰਾਤੀ ਉਹਨਾਂ ਨੇ ਸਪੈਂਡ ਕੀਤਾ ਜੋ ਉਹਨਾਂ ਕੋਲ ਖਾਣ ਪੀਣ ਵਾਸਤੇ ਹੈ ਉਹਦੇ ਨਾਲ ਹੀ ਉਹ ਸਰਵਾਈਵ ਕਰ ਰਹੇ ਹੈ ਅਤੇ ਅੰਬੈਸੀ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਸੇਫਟੀ ਵਾਸਤੇ ਕੁਛ ਕਰਨ ਇੰਤਜ਼ਾਮ ਕਿਉਂਕਿ ਇਸ ਟਾਈਮ ਉਹ ਪੇਰੈਂਟਸ ਤੋਂ ਬਿਨਾਂ ਇਕੱਲੇ ਹੈ ਅਤੇ ਉਹਨਾਂ ਨੂੰ ਜ਼ਰੂਰੀ ਹੈ ਸਿਵਿਲੀਅਨ ਸਰਵਾਈਵ ਕਰ ਸਕਦੇ ਆ ਕਿਉਂਕਿ ਉਹ ਉੱਥੋਂ ਦੇ ਰਹਿਣ ਵਾਲੇ ਆ ਬੱਚੇ ਇਸ ਟਾਈਮ ਉਹਨਾਂ ਨੇ ਦੂਸਰੇ ਦੇਸ਼ ਬੱਚੇ ਤੁਹਾਨੂੰ ਦੱਸਿਓ ਬੇਟੀ ਤੁਹਾਡੀ ਹੋਰ ਕਿੰਨੇ ਬੱਚੇ ਤੁਹਾਨੂੰ ਬੱਚੇ ਤਾਂ ਕਾਫੀ ਹੈ ਬਹੁਤ ਸਾਰੇ ਬੱਚੇ ਆ ਪੰਜਾਬ ਦੇ ਬੱਚਾ ਬਹੁਤ ਹੈ ਅਤੇ ਉਹਨਾਂ ਦੇ ਅੰਬੈਸੀ ਨੂੰ ਚਾਹੀਦਾ ਕਿ ਉਹਨਾਂ ਨੂੰ ਆਪਣੇ ਅੰਡਰ ਲੈਣ ਕਿ ਉਹਨਾਂ ਦੀ ਸੇਫਟੀ ਬੱਚਿਆਂ ਦੀ ਕਮ ਸੇ ਕਮ ਇੱਕ ਸੇਫ ਜਗ੍ਹਾ ਉਹਨਾਂ ਨੂੰ ਲੈ ਜਾਣ ਇੱਕ ਜਗ੍ਹਾ ਬੱਚੇ ਇਕੱਠੇ ਹੋਣ ਖਾਣ ਪੀਣ ਨੂੰ ਆਪ ਹੀ ਅਰੇਂਜ ਕਰ ਰਹੇ ਆ ਜੋ ਉਹਨਾਂ ਕੋਲ ਇਸ ਟਾਈਮ ਹੈ ਪਰ ਜੇ ਹਾਲਾਤ ਜ਼ਿਆਦਾ ਟਾਈਮ ਉਹਨਾਂ ਨੂੰ ਰਹਿਣਾ ਪਏਗਾ ਕਿ ਉਹਨਾਂ ਕੋਲ ਵੀ ਇੰਨਾ ਸਟਾਕ ਨਹੀਂ ਹੈ ਲਾਈਟ ਵਗੈਰਾ ਕੱਲ੍ਹ ਲਾਈਟ ਨਹੀਂ ਸੀ ਫੋਨ ਚਾਰਜ ਬੜੀ ਮੁਸ਼ਕਿਲ ਹੈ ਅਗਰ ਅਸੀਂ ਉਹਨਾਂ ਨੂੰ ਕਾਲਸ ਵਗੈਰਾ ਜ਼ਿਆਦਾ ਕਰਾਂਗੇ ਤਾਂ ਬੈਟਰੀ ਉਹਨਾਂ ਦੀ ਲੋਅ ਹੋ ਜਾਏਗੀ ਅਤੇ ਉਹ ਬਹੁਤ ਮੁਸ਼ਕਿਲ ਹੈ ਚੈਟ ਥਰੂ ਹੋ ਰਹੀ ਹੈ ਅਤੇ ਕਿਸ ਤਰ੍ਹਾਂ ਦਾ ਕਿਉਂਕਿ ਲਾਈਟ ਨਹੀਂ ਸੀ ਕੱਲ੍ਹ ਅਤੇ ਉਹ ਉਹਨਾਂ ਨੂੰ ਇਹ ਵੀ ਦੇਖਣਾ ਪਏਗਾ ਕਿ ਅਗਰ ਉਹਨਾਂ ਦੀ ਨਹੀਂ ਹੋਏਗੀ ਤਾਂ ਫਿਰ ਕੰਟੈਕਟ ਕਿਸ ਤਰ੍ਹਾਂ ਕਰਾਂਗੇ ਅਰਪਿਤ ਰੱਤੀ ਵੀ ਉਹਨਾਂ ਦੀ ਫਰੈਂਡ ਹੈ ਨਾਲ ਉਹ ਵੀ ਉਹਨਾਂ ਦੇ ਨਾਲ ਦੋਨੋਂ ਇਕੱਠੇ ਹੈ ਦੋਨੋਂ ਇਸ ਟਾਈਮ ਇਕੱਠੇ ਸਰਕਾਰ ਨੂੰ ਇਹ ਕਿ ਅੰਬੈਸੀ ਨੂੰ ਕਹਿਣ ਕਿ ਆਪਣੀ ਮਤਲਬ ਉਹਨਾਂ ਦੇ ਫੇਵਰ 'ਚ ਕੁਛ ਡਿਸੀਜਨ ਲੈਣ ਉਹਨਾਂ ਨੂੰ ਜਲਦੀ ਤੋਂ ਜਲਦੀ ਇੱਥੇ ਵਾਪਸ ਲੈ ਕੇ ਅਧਿਕਾਰੀਆਂ ਨਾਲ ਗੱਲਬਾਤ ਹੋ ਪਾਈ ਜੀ ਹਜੇ ਤੱਕ ਕੋਈ ਸਵੇਰੇ ਕੀਤਾ ਸੀ ਹੈਲਪਲਾਈਨ ਨੰਬਰ ਸਵੇਰੇ ਉਹਨਾਂ ਨਾਲ ਗੱਲ ਹੋਈ ਸੀ ਹਾਂਜੀ ਉਹਨਾਂ ਦਾ ਉਹੀ ਕਹਿਣਾ ਕਿ ਬੱਚੇ ਕੰਟੈਕਟ 'ਚ ਰਹਿਣ ਉਹਨਾਂ ਦੇ ਪਰ ਅਗਰ ਜਦ ਤੱਕ ਉਹ ਕੁਛ ਇੰਤਜ਼ਾਮ ਨਹੀਂ ਕਰਨਗੇ ਤਾਂ ਫਿਰ ਕੰਟੈਕਟ 'ਚ ਉਹ ਸੇਫ ਤਾਂ ਹੈ ਨਹੀਂ ਥੋੜ੍ਹੇ ਦਿਨਾਂ ਬਾਅਦ ਮੁਸ਼ਕਿਲ ਤਾਂ ਆ ਹੀ ਸਕਦੀ ਹੈ ਫਿਲਹਾਲ ਚਲੋ ਠੀਕ ਹੈ ਪਰ ਥੋੜ੍ਹੇ ਦਿਨ ਬਾਅਦ ਕੋਈ ਉਸ ਸਿਚੁਏਸ਼ਨ ਦਾ ਪਤਾ ਹੀ ਨਹੀਂ ਹੈ ਕਿ ਕਿਸ ਤਰ੍ਹਾਂ ਦਾ ਨਰੇਸ਼ ਅਸੀਜਾ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਸਰ ਕੌਣ ਫਸਿਆ ਵਾ ਤੁਹਾਡਾ ਤੁਹਾਡੀ ਬੇਟੀ ਹੈ ਜੀ ਉੱਥੇ ਆਪਣਾ ਖਾਰਕੀਵ ਦੇ ਵਿੱਚ 5th ਈਅਰ ਦੀ ਸਟੂਡੈਂਟ ਹੈ ਮੈਡੀਕਲ ਦੀ ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਉੱਥੇ 5 ਸਾਲਾਂ ਤੋਂ ਪੜ੍ਹ ਰਹੀ ਹੈ 5th ਈਅਰ ਹੈਗਾ ਉਹਦਾ ਜਦੋਂ ਦੇ ਹਾਲਾਤ ਪੈਨਿਕ ਹੋਏ ਹੈ ਅਤੇ ਯੂਨੀਵਰਸਿਟੀ ਨੇ ਪਹਿਲਾਂ ਕਲਾਸਾਂ ਉਹਨਾਂ ਦੀਆਂ ਔਨਲਾਈਨ ਨਹੀਂ ਕੀਤੀਆਂ ਜਿਹਦੇ ਕਰਕੇ ਬੱਚੇ ਦਾ ਆਪਣਾ ਆਉਣ ਦਾ ਪ੍ਰੋਗਰਾਮ ਜਿਹੜਾ ਹੈਗਾ ਨਹੀਂ ਸੀ ਬਣ ਪਾ ਰਿਹਾ ਸੰਡੇ ਉਹਨਾਂ ਨੇ ਡਿਸਾਈਡ ਕੀਤਾ ਕਿ ਔਨਲਾਈਨ ਕਲਾਸਾਂ ਲੱਗਣਗੀਆਂ ਅਤੇ ਆਪਾਂ ਮੰਡੇ ਉਹਨਾਂ ਦੀ ਟਿਕਟ ਬੁੱਕ ਕਰਾਤੀ 26 ਤਰੀਕ ਦੀ ਸਾਨੂੰ ਟਿਕਟ ਅਵੇਲੇਬਲ ਹੋਈ ਹੈ ਅਤੇ ਉਹ 26 ਤਰੀਕ ਆਉਣ ਤੋਂ ਪਹਿਲੇ ਜਿਹੜਾ ਹੈਗਾ ਨਾ ਉੱਥੇ ਵਾਰ ਸ਼ੁਰੂ ਹੋ ਗਈ ਹੈ ਜਿਹਦੇ ਕਰਕੇ ਏਅਰ ਸਪੇਸ ਉਹਨਾਂ ਦਾ ਸਾਰਾ ਡਿਸਟਰਬ ਹੋ ਗਿਆ ਅਤੇ ਫਲਾਈਟਾਂ ਸਭ ਕੈਂਸਲ ਹੋ ਗਈਆਂ ਅਤੇ ਸਾਡੇ ਬੱਚੇ ਉੱਥੇ ਫਸ ਗਏ ਨੇ ਅਸੀਂ ਸਰਕਾਰ ਨੂੰ ਇਹੀ ਰਿਕੁਐਸਟ ਕਰਨਾ ਚਾਹੁੰਦੇ ਹਾਂ ਕਿ ਇਸ ਵੇਲੇ ਹਾਲਾਤ ਉੱਥੇ ਬਹੁਤ ਖਰਾਬ ਨੇ ਬੱਚਾ ਉਹਨਾਂ ਦੇ ਅੰਡਰ ਬੇਸ ਦੇ ਵਿੱਚ ਸਰਵਾਈਵ ਕਰ ਰਿਹਾ ਮੈਟਰੋ ਵਗੈਰਾ ਦੇ ਵਿੱਚ ਬੱਚੇ ਹੋਰ ਵੀ ਨਾਲ ਉਹਨਾਂ ਦੇ ਹੈਗੇ ਨੇ ਲੇਕਿਨ ਦਿਨ ਬ ਦਿਨ ਹਾਲਾਤ ਵਿਗੜਦੇ ਹੀ ਜਾਣਗੇ ਇਸ ਕਰਕੇ ਛੇਤੀ ਤੋਂ ਛੇਤੀ ਜਿਹੜਾ ਹੈਗਾ ਨਾ ਉਹਨਾਂ ਦੇ ਉੱਪਰ ਇਸ ਕਾਰਵਾਈ ਨੂੰ ਕਾ ਕੇ ਇਵੈਕੂਏਟ ਕੀਤਾ ਜਾਵੇ ਉਹਨਾਂ ਨੂੰ ਅਧਿਕਾਰੀਆਂ ਨਾਲ ਗੱਲਬਾਤ ਹੋ ਪਈ ਤੁਹਾਡੀ ਅਧਿਕਾਰੀਆਂ ਨਾਲ ਸਵੇਰੇ ਮੇਰੀ ਅੰਬੈਸੀ 'ਚ ਗੱਲ ਹੋਈ ਸੀਗੀ ਉਹਨਾਂ ਨੇ ਵੀ ਇਹੀ ਕਿਹਾ ਕਿ ਆਪਾਂ ਜਿਹੜਾ ਹੈਗਾ ਨਾ ਆਪਣਾ ਪਲਾਨ ਕਰ ਰਹੇ ਹਾਂ ਹੰਗਰੀ ਪੋਲੈਂਡ ਤੋਂ ਲੇਕਿਨ ਇਹ ਖਾਰਕੀਵ ਤੋਂ ਜਿਹੜਾ ਡਿਸਟੈਂਸ ਹੈਗਾ ਨਾ ਪੋਲੈਂਡ ਬਾਰਡਰ ਦਾ ਉਹ ਲਗਭਗ 1000 ਕਿਲੋਮੀਟਰ ਤੋਂ ਪਲੱਸ ਹੈਗਾ ਵੈ ਅਤੇ ਅਸੀਂ ਇਹ ਵੀ ਕਹਿਣਾ ਚਾਹੁੰਦੇ ਕਿ 1000 ਕਿਲੋਮੀਟਰ ਦਾ ਏਰੀਆ ਜਿਹੜਾ ਹੈਗਾ ਨਾ ਗੌਰਮੈਂਟ ਕੋਲੋਂ ਕੀ ਰੋਡ ਮੈਪ ਹੈਗਾ ਕਿ ਆਪਾਂ ਕਿਸ ਤਰ੍ਹਾਂ ਖਾਰਕੀਵ ਤੋਂ ਪੋਲੈਂਡ ਤੱਕ ਬੱਚਿਆਂ ਨੂੰ ਲੈ ਕੇ ਜਾਵਾਂਗੇ ਇਹ ਉੱਥੇ ਪਰਮਿਸ਼ਨ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਜਾਂ ਤਾਂ ਉਹਨਾਂ ਨਾਲ ਆਪਣਾ ਰੂਸ ਰਸ਼ੀਆ ਨੂੰ ਰਿਕੁਐਸਟ ਕਰਕੇ ਕੁਛ ਟਾਈਮ ਵਾਸਤੇ ਵਾਰ ਰੁਕਵਾਈ ਜਾਵੇ ਤਾਂ ਕਿ ਬੱਚਿਆਂ ਨੂੰ ਇਵੈਕੂਏਟ ਕੀਤਾ ਜਾ ਸਕੇ ਬਾਕੀ ਇਹ ਜ਼ਿਆਦਾ ਸਰਕਾਰਾਂ ਬਿਹਤਰ ਜਾਣਦੀਆਂ ਅਸੀਂ ਕਹਿੰਦੇ ਵੀ ਸਾਡੀ ਮਦਦ ਇਸ ਮੁਸ਼ਕਿਲ ਦੌਰ ਦੇ ਵਿੱਚ ਸਰਕਾਰ ਕਰੇਗੀ ਅਤੇ ਬੱਚਿਆਂ ਨਾਲ ਗੱਲਬਾਤ ਹੋ ਰਹੀ ਹੈ ਜੀ ਬੱਚਿਆਂ ਨਾਲ ਸਾਨੂੰ ਕੰਟੈਕਟ ਹੋ ਰਿਹਾ ਵੈ ਅਤੇ ਬਾਕੀ ਬੈਟਰੀ ਉੱਥੇ ਉਹਨਾਂ ਦੀ ਕਿਉਂਕਿ ਚਾਰ ਲਾਈਟ ਹੋਣ ਨਾ ਹੋਣ ਕਰਕੇ ਨਾ ਮੋਬਾਈਲ ਦੀ ਜਿੰਨੀ ਬੈਟਰੀ ਹੈਗੀ ਉੰਨੀ ਦੇਰ ਤੱਕ ਨਹੀਂ ਗੱਲਬਾਤ ਹੋ ਪਾਏਗੀ ਉਸ ਤੋਂ ਬਾਅਦ ਉਹਦੇ 'ਚ ਵੀ ਦਿੱਕਤ ਆ ਸਕਦੀ ਹੈ